ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਹੈ ਪ੍ਰਾਈਮ ਪ੍ਰਵਾਸ ਪ੍ਰਵਾਸ ਦੇ ਵਿੱਚ ਸੁੱਖ ਤੇ ਦੁੱਖ ਦੋਨੋਂ ਨਾਲ-ਨਾਲ ਚੱਲਦੇ ਆ ਤੇ ਸਭ ਤੋਂ ਅਹਿਮ ਗੱਲ ਕਿ ਜਦੋਂ ਅਸੀਂ ਪੰਜਾਬ ਤੋਂ ਕਿਸੇ ਹੋਰ ਮੁਲਕ ਦੇ ਵੱਲ ਤੁਰਦੇ ਹਾਂ ਤੇ ਉਹਦੇ ਪਿੱਛੇ ਕਾਰਨ ਕੱਲਾ ਪੈਸਾ ਨਹੀਂ ਹੁੰਦਾ ਉਹਦੇ ਪਿੱਛੇ ਕਾਰਨ ਹੁੰਦਾ ਅਮਨ ਤੇ ਕਾਨੂੰਨ ਦੀ ਸਥਿਤੀ ਵੇਲੇ ਸਰ ਮਿਲਿਆ ਇਨਸਾਫ ਵੇਲੇ ਸਰ ਨਾ ਵੀ ਕਈ ਤਾਂ ਇਨਸਾਫ ਅਸੀਂ ਸੁਣਦੇ ਰਹੇ ਹਾਂ ਕੇ ਪਈ ਉਥੇ ਇਨਸਾਫ ਬਹੁਤ ਛੇਤੀ ਮਿਲਦਾ ਜਿਹੜਾ ਬੰਦਾ ਗਲਤ ਹੋਵੇ ਜਿਹੜਾ ਬੰਦਾ ਕਾਨੂੰਨ ਨੂੰ ਭੰਗ ਕਰਦਾ ਤੋੜਦਾ ਉਹਨੂੰ ਸਜ਼ਾ ਜ਼ਰੂਰ ਹੁੰਦੀ ਹੈ ਤੇ ਉਥੇ ਕਾਨੂੰਨ ਇਸ ਤਰੀਕੇ ਦੇ ਨਾਲ ਚੱਲਦਾ ਕਿ ਹਰ ਇੱਕ ਬੰਦੇ ਨੂੰ ਇਨਸਾਫ ਮਿਲਦਾ ਪਰ ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਘਟਨਾ ਘਟੀ ਹੈ ਉਸ ਘਟਨਾ ਘਟਣ ਤੋਂ ਬਾਅਦ ਉਹਦਾ ਨਤੀਜਾ ਆਇਆ ਡਿਸੀਜਨ ਆਇਆ ਉਸ ਬਾਬਤ ਬਹੁਤ ਸਾਰੀਆਂ ਚਰਚਾਵਾਂ ਨੇ ਪਰ ਕਿਉਂਕਿ ਅਸੀਂ ਆਸਟ੍ਰੇਲੀਆ ਤੋਂ ਬਹੁਤ ਦੂਰ ਬੈਠੇ ਆ ਸਾਨੂੰ ਉਸ ਘਟਨਾ ਦੇ ਬਾਬਤ ਨਾ ਤਾਂ ਹੁਣ ਪੂਰੀ ਜਾਣਕਾਰੀ ਹੈ ਤਫਸੀਲ ਦੇ ਵਿੱਚ ਵਿਸਥਾਰ ਦੇ ਵਿੱਚ ਨਾ ਉਹਦੇ ਤੋਂ ਬਾਅਦ ਆਏ ਫੈਸਲੇ ਤੇ ਉਹ ਸਾਰੀ ਗੱਲਬਾਤ ਜਿਹੜੀ ਕਰਨੀ ਹੈ ਇਹਦੇ ਤੋਂ ਇਲਾਵਾ ਸਟੂਡੈਂਟ ਵੀਜ਼ਾ ਦੇ ਬਾਰੇ ਜ਼ਿਕਰ ਜਿਹੜਾ ਉਹ ਕਰਨਗੇ ਤੇ ਪਿਛਲੀ ਵਾਰੀ ਅਸੀਂ ਵਰਕ ਐਂਡ ਹੌਲੀਡੇ ਵੀਜ਼ਾ ਦੀ ਜਿਹੜੀ ਗੱਲ ਕੀਤੀ ਸੀ ਕੁਝ ਉਹਦੇ ਬਾਬਤ ਵੀ ਚਰਚਾ ਜਿਹੜੀ ਉਹ ਕਰਨੀ ਹੈ ਨਵਜੋਤ ਸਿੰਘ ਕਾਲੇ ਸਾਹਿਬ ਮੈਲਬਨ ਆਸਟ੍ਰੇਲੀਆ ਤੋਂ ਨਾਲ ਨੇ ਨਵਜੋਤ ਭਾਜੀ ਸასი ਸ਼ਕਲ ਸਵਾਗਤ ਹੈ ਜੀ ਸასი ਸ਼ਕਲ ਬਾਟ ਸਾਹਿਬ ਤੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਆਦਰ ਸਤਕਾਰ ਜੋਤਪਾ ਜੀ ਬਾਕੀ ਸਾਰੀਆਂ ਗੱਲਾਂ ਵੀਜ਼ੇ ਵਾਲੀਆਂ ਪਛਾਹ ਸਭ ਤੋਂ ਪਹਿਲਾਂ ਤਾਂ ਦੱਸਿਓ ਕਿ ਜਿਹੜੇ ਇੱਕ ਅਦਾਲਤੀ ਫੈਸਲੇ ਤੋਂ ਬਾਅਦ ਇਸ ਵੇਲੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਨੇ ਆਸਟ੍ਰੇਲੀਆ ਦੇ ਵਿੱਚ ਉਹ ਫੈਸਲਾ ਕਿਹੜੀ ਘਟਨਾ ਤੋਂ ਬਾਅਦ ਆਇਆ ਸੀ ਉਹ ਕੇਸ ਅਦਾਲਤ ਦੇ ਵਿੱਚ ਗਿਆ ਕਿਉਂ ਘਟਨਾ ਕੀ ਵਾਪਰੀ ਸੀ ਜਿਹਦੇ ਵਿੱਚ ਕਈ ਲੋਕ ਮਾਰੇ ਗਏ ਸੀ ਕਿਵੇਂ ਵਾਪਰੀ ਸੀ ਕਦੋਂ ਵਾਪਰੀ ਸੀ ਪਹਿਲਾਂ ਤਾਂ ਉਹਦੇ ਬਾਬਤ ਜਾਣਕਾਰੀ ਦਿਓ ਫਿਰ ਨਤੀਜੇ ਤੇ ਹੋਣ ਆਉਣੇ ਆ ਬਾਟਸਾ ਬਈ ਬਹੁਤ ਹੀ ਦੁਖਦਾਈ ਘਟਨਾ ਹੋਈ ਸੀਗੀ ਪਿਛਲੇ ਸਾਲ ਨਵੰਬਰ 2023 ਦੇ ਵਿੱਚ ਹਮਮ ਇੱਕ ਫੈਮਿਲੀ ਦੇ ਤਿੰਨ ਮੈਂਬਰ ਮਤਲਬ ਹਸਬੰਦ ਵਾਈਫ ਤੇ ਉਹਨਾਂ ਦਾ ਬੱਚਾ ਪ੍ਰਤੀਬਾ ਸ਼ਰਮਾ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਛੋਟਾ ਜਿਹਾ ਬੱਚਾ ਉਹਨਾਂ ਦੇ ਨਾਲ ਇੱਕ ਫੈਮਿਲੀ ਹੋਰ ਸੀਗੀ ਉਸ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਦੋਸਤ ਤੇ ਉਹਨਾਂ ਦਾ ਬੱਚਾ ਦੋ ਫੈਮਿਲੀਆ ਮੈਲਬਨ ਕੱਪ ਇੱਥੇ ਹੌਲੀਡੇ ਹੁੰਦੀ ਹੈ ਪਬਲਿਕ ਹੌਲੀਡੇ ਘੁੰਮਣ ਗਏ ਸੀ ਡੀਅਲਸ ਫੋਰਡ ਹੋਟਲ ਦੇ ਬਾਹਰ ਰਾਇਲ ਡੇਲਸ ਫੋਰ ਹੋਟਲ ਆਸ਼ਾ ਦਾ ਨਾਮ ਉਹਦੇ ਬਾਹਰ ਬੈਠੇ ਖਾਣਾ ਖਾ ਰਹੇ ਸੀ ਸ਼ਾਮ ਦੇ 6 ਵਜੇ ਦਾ ਸਮਾਂ ਸੀ ਬਾਹਰ ਬੈਠਣ ਤੋਂ ਭਾਵ ਮਤਲਬ ਜਿਹੜੇ ਬਾਹਰ ਨਹੀਂ ਟੇਬਲ ਲੱਗੇ ਹੁੰਦੇ ਫੁੱਟਪਾਥ ਤੇ ਜੀ ਜੀ ਮਤਲਬ ਇਨ ਬਾਉਂਡਰੀ ਆਊਟਸਾਈਡ ਬੈਠੇ ਹੋਟਲ ਦੀ ਬਾਉਂਡਰੀ ਅਧਿਕਾਰਤ ਖੇਤਰ ਚੀ ਹੋਟਲ ਦੇ ਅਧਿਕਾਰਤ ਅਧਿਕਾਰਤ ਖੇਤਰ ਚੀ ਜੀ ਤੱਕ ਵਿਲੀਅਮਸਵੇਲ ਮਾਉਂਟ ਮੈਸਿਡਨ ਦਾ ਏਰੀਆ ਜੀ ਇੱਥੇ ਬਹੁਤ ਅਮੀਰ ਲੋਕ ਰਹਿੰਦੇ ਆ 60 67 ਸਾਲ ਉਹਨਾਂ ਦੀ ਉਮਰ ਆ ਆਪਣੀ ਚਿੱਟੇ ਰੰਗ ਦੀ BMW ਉਹਨਾਂ ਦੀ ਆਊਟ ਆਫ ਕੰਟਰੋਲ ਹੋ ਗਈ ਤੇ ਉਹਨਾਂ ਨੇ ਉਹ ਫੈਮਿਲੀ ਦੇ ਉੱਪਰ ਚੜਾਤਾ ਪੰਜੋ ਜਣਿਆਂ ਦੀ ਮੌਕੇ ਤੇ ਮੌਤ ਹੋ ਗਈ ਤੇ ਜਿਹੜੇ ਦੋ ਇੱਕ ਭੈਣ ਸਾਡੀ ਤੇ ਉਹਨਾਂ ਦੀ ਬੱਚਾ ਛੋਟਾ ਜਿਹਾ ਉਹ ਹਸਪਤਾਲ ਚਲੇ ਗਿਆ ਨਾ ਮਤਲਬ ਪੰਜ ਜਣਿਆਂ ਦੀ ਮੌਤ ਹੋਈ ਸੀ ਉਦੋਂ ਤੇ ਕਮਿਊਨਿਟੀ ਦੇ ਵਿੱਚ ਬੜਾ ਰੋਸ ਸੀਗਾ ਬਾਟਸਾਪ ਵੀ ਇਹ ਹੋਣਾ ਨਹੀਂ ਸੀ ਚਾਹੀਦਾ ਨਾ ਜੇ ਬੰਦਾ ਇਸ ਉਮਰ ਦੇ ਵਿੱਚ ਆ ਕੇ ਕਾਰ ਚਲਾਉਣ ਦੇ ਨਹੀਂ ਸਮਰੱਥ ਹੈਗਾ ਤਾਂ ਉਹਨੂੰ ਕਾਰ ਦੇ ਸਟੀਅਰਿੰਗ ਦੇ ਪਿੱਛੇ ਨਹੀਂ ਬੈਠਣਾ ਚਾਹੀਦਾ ਸੀ ਹੂੰ ਉਸ ਦਾ ਅਦਾਲਤੀ ਫੈਸਲਾ ਆਇਆ WhatsApp ਇਸ ਵੀਕ ਦੇ ਵਿੱਚ ਤੇ ਉਹ ਜਿਹੜਾ ਫੈਸਲਾ ਜਿਹੜਾ ਵਿਲੀਅਮਸ ਵੇਲ ਨਾਮ ਦੇ ਬੰਦੇ ਨੇ ਪੰਜ ਕੀਮਤੀ ਜਾਨਾਂ ਤੇ ਪਤਾ ਨਹੀਂ ਕਿੰਨੇ ਪਰਿਵਾਰ ਕਮਿਊਨਿਟੀ ਦੇ ਵਿੱਚ ਨਰਾਸ਼ਾ ਉਹਨਾਂ ਕੋਰਟ ਨੇ ਬਰੀ ਕਰਤਾ ਜੀ ਮੈਜਿਸਟਰੇਟ ਸਾਹਿਬ ਨੇ ਜਿਹੜੇ 14 ਦੇ 14 ਚਾਰजेस ਸੀ ਉਹਦੇ ਅਗੇਸਟ ਲੱਗੇ ਹੋਏ ਉਹਨਾਂ ਨੂੰ ਡਿਸਮਿਸ ਕਰਤਾ ਇਹ ਕਹਿ ਕੇ ਵੀ ਜਿਹੜੇ ਪ੍ਰੋਸੀਕਿਊਟਰਸ ਨੇ ਉਹਨਾਂ ਦਾ ਜਿਹੜਾ ਇਸ ਕਿ ਇਸ ਦੇ ਵਿੱਚੜਾ ਐਵੀਡੈਂਸ ਆ ਉਹ ਕਮਜ਼ੋਰ ਆ ਤੇ ਅਸੀਂ ਇਹ ਸਿੱਟੇ ਤੇ ਨਹੀਂ ਪਹੁੰਚ ਸਕਦੇ ਵੀ ਉਹਨੂੰ ਸਜ਼ਾ ਦਿੱਤੀ ਜਾ ਸਕੇ ਹੁਣ ਮਸਲਾ ਇਹ ਆ ਜਿਹੜੇ ਜਿਹੜੇ ਬੰਦੇ ਨੇ ਕਾਰ ਦੇ ਨਾਲ ਪੰਜ ਕੀਮਤੀ ਜਾਨਾਂ ਲਈਆਂ ਤੇ ਹੋਰਾਂ ਨੂੰ ਇੰਜਰ ਕੀਤਾ ਉਹਨਾਂ ਦੇ ਵਕੀਲ ਨੇ ਇਹ ਕਿਹਾ ਵੀ ਉਹਨਾਂ ਦਾ ਬਲੱਡ ਸ਼ੂਗਰ ਲੈਵਲ ਲੋ ਹੋ ਗਿਆ ਸੀ ਤੇ ਉਹ ਅਨਕੌਨਸ਼ੀਅਸ ਸਟੇਟ ਦੇ ਵਿੱਚ ਸੀਗੇ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੇ ਕਦੋਂ ਕਾਰ ਉੱਥੇ ਚੜਾ ਦਿੱਤੀ ਤੇ ਜਿਹੜੇ ਮੈਜਿਸਟਰਡ ਸਾਹਿਬ ਨੇ ਉਹਨਾਂ ਨੇ ਬੜਾ ਕ੍ਰਿਟੀਸਾਈਜ਼ ਕੀਤਾ ਪ੍ਰੋਸੀਕਿਊਟਰ ਪਬਲਿਕ ਪ੍ਰੋਸੀਕਿਊਟਰ ਕਿਉਂਕਿ ਪੁਲਿਸ ਦੇ ਵਕੀਲ ਇਹ ਕੇਸ ਲੜ ਰਹੇ ਸੀ ਵੀ ਤੁਸੀਂ 6:00 ਵਜੇ 7 ਮਿੰਟ ਤੇ ਵਟਸਐਪ ਐਕਸੀਡੈਂਟ ਹੁੰਦਾ ਹਮ ਜਿਹੜਾ ਐਵਿਡੈਂਸ ਆਪ 5:36 ਮਿੰਟ ਤੋਂ ਬਾਅਦ ਬਾਅਦ ਵਾਲਾ ਪ੍ਰੋਡਿਊਸ ਕੀਤਾ ਗਿਆ ਠੀਕ ਤੇ ਜਿੱਥੇ ਉਹ ਐਕਸੀਡੈਂਟ ਹੋਇਆ ਤੇ ਜਿਸ ਇਨਸਾਨ ਨੇ ਇਹ ਐਕਸੀਡੈਂਟ ਕੀਤਾ ਉਹਦੇ ਘਰ ਤੋਂ 50 ਕਿਲੋਮੀਟਰ ਦੂਰ ਆ ਤੇ ਇਹਦਾ ਮਤਲਬ ਉਹਨਾਂ ਨੂੰ ਪਿਛਲੇ 34 ਸਾਲ ਤੋਂ ਡਾਇਬੀਟਿਸ ਦਾ ਟਾਈਪ 1 ਟਾਈ 1 ਦਾ ਇਹ ਤਾਂ ਬੰਦੇ ਨੂੰ ਪਤਾ ਹੀ ਹੈ ਨਾ ਵੀ ਜੇ ਮੇਰਾ ਬਲੱਡ ਸ਼ੂਗਰ ਲੈਵਲ ਲੋ ਹੋਇਆ ਹੋਇਆ ਤਾਂ ਮੈਂ ਕੋਈ ਸ਼ੂਗਰ ਲਵਾਂ ਜਾਂ ਕੋਈ ਗੋਲੀ ਲਵਾਂ ਤਾਂ ਮੈਜਿਸਟਰੇਟ ਦਾ ਸਿੱਧਾ-ਸਿੱਧਾ ਇੰਡੀਕੇਸ਼ਨ ਇਹ ਸੀ ਵੀ ਜੇ ਪੂਰੇ ਦਿਨ ਦਾ ਐਵੀਡੈਂਸ ਲਿਆ ਜਾਂਦਾ ਉਹਨੂੰ ਸਵੇਰ ਤੋਂ ਹੀ ਪਤਾ ਮੈ ਕਿਹੜੀ ਦਵਾਈ ਲੈਣੀ ਆ ਮੇਰਾ ਬਲੱਡ ਸ਼ੂਗਰ ਲੈਵਲ ਕੀ ਆ ਹੂੰ ਤੇ ਉਹ ਸਟੀering ਦੇ ਪਿੱਛੇ ਨਹੀਂ ਬੈਠਣਾ ਚਾਹੀਦਾ ਸੀ ਇਹ بڑے ਸਵਾਲ ਚਿੰਨ੍ਹ ਖੜੇ ਕਰਦਾ ਮੈਂ ਆਪ ਹੈਰਾਨ ਹੋਇਆ ABC نیوز ਵਾਲਿਆਂ ਨੇ ਕਲੀਅਰਲੀ ਕਹਿਤਾ ਵੀ ਫੈਮਿਲੀ ਡੈਵਸਟੇਟਡ ਆ ਤੇ ਹੁਣ ਜਿਹੜਾ ਮੈਜਿਸਟਰੇਟ ਨੇ ਡਿਸੀਜਨ ਦਿੱਤਾ ਜੇ ਇਹਨੂੰ ਅੱਗੇ ਵਿਲੀਅਮਸ ਵੇਲ ਨੂੰ ਦੁਬਾਰਾ ਕੋਰਟ 'ਚ ਲੈ ਕੇ ਜਾਣਾ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਰ ਪ੍ਰੋਸੀਕਿਊਟਰ ਜੀ ਹਮਮ ਉਹਨੂੰ ਡਾਈਟਮੈਂਟ ਕਰਾ ਕੇ ਇਹਨਾਂ ਨੂੰ ਦੁਬਾਰਾ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਜਾ ਸਕਦੇ ਆ ਸਾਰੇ ਹੀ ਕਮਿਊਨਿਟੀ ਇਹ ਵੀ ਕਹੀ ਜਾਂਦੇ ਆ ਵੀ ਜਿਹੜੇ ਡਿਸੀਜਨ ਨੇ ਜਿਹੜਾ ਜਸਟਿਸ ਸਿਸਟਮ ਆ ਜੇ ਲੋਕਲ ਬੰਦੇ ਲਈ ਹੋਰ ਆ ਤੇ ਸਾਡੇ ਲਈ ਹੋਵਰਾ ਇਹ ਬੜੀ ਨਿਰਾਸ਼ਾ ਮਤਲਬ ਮੈਂ ਆਪ ਸੋਚਦਾ ਸੀਗਾ ਵੀ ਇੱਕ ਤਾਂ ਪਰਿਵਾਰ ਦੇ ਜੀ ਚਲੇ ਗਏ ਹੁਣ ਉਹ ਭੈਣ ਸਾਡੀ ਪ੍ਰਤਿਪਾ ਸ਼ਰਮਾ ਉਹਦੇ ਭਰਾ ਦੀ ਮੈਂ ਇੰਟਰਵਿਊ ਸੁਣੀ ਹੈ ਨਾ ਨਾਲ ਉਹਨਾਂ ਦੇ ਮੰਮੀ ਡੈਡੀ ਬੈਠੇ ਸੀ ਉਹਨਾਂ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਉਹ ਕਹਿੰਦੇ ਜੀ ਇਹ ਜਿਹੜਾ ਜਸਟਿਸ ਆ ਇਹ ਜ਼ੀਰੋ ਜਸਟਿਸ ਮਿਲਿਆ ਸਾਨੂੰ ਸਾਡੇ ਥੋੜਾ ਜਿਹਾ ਜਗਮਾ ਤੇ ਲੂਣ ਲੱਗੇ ਜਣੇ ਪਰ ਇਹ ਥੋੜਾ ਵੀ ਤੁਸੀਂ ਬੰਦੇ ਨੂੰ ਫ੍ਰੀ ਵੀ ਛੱਡ ਦਿਓ ਉਹਨਾਂ ਨਾਲ ਇਹ ਵੀ ਕਹਿਣਾ ਸੀ ਵੀ ਵੀਡੀਓ ਫੁਟੇਜ ਦੱਸਦੀ ਆ ਵੀ ਉਹ ਇਨਸਾਨ ਡੇਲੀ ਦੇ ਵਿੱਚ ਕੁਝ ਖਰੀਦਣ ਗਿਆ ਜੇ ਖਰੀਦਣ ਗਿਆ ਜੇ ਉਹਨੂੰ ਇਹ ਇੰਡੀਕੇਸ਼ਨ ਸਿਰ ਸਿਰ ਤੋਂ ਮਿਲਣੇ ਸ਼ੁਰੂ ਹੋ ਜਾਂਦੇ ਜੇਕਰ ਦਾ ਬਲੱਡ ਸ਼ੂਗਰ ਲੈਵਲ ਲੋ ਹੋਵੇ ਜਾਂ ਤਾਂ ਉਹ ਕਾਰ ਦੇ ਵਿੱਚ ਨਾ ਹੀ ਚਲਾਉਂਦਾ ਕਾਰ ਨੂੰ ਜਾਂ ਕੋਈ ਨਾ ਕੋਈ ਮਿੱਠਾ ਖਾ ਕੇ ਜਾਂ ਕੋਈ ਫੂਡ ਖਾ ਕੇ ਆਪਣੀ ਜਿਹੜਾ ਬਲੱਡ ਸ਼ੂਗਰ ਲੈਵਲਾਂ ਨੂੰ ਅਪ ਕਰ ਲੈਂਦੇ ਤਾਂ ਸਾਡੇ ਪਰਿਵਾਰ ਦੇ ਜੀ ਅੱਜ ਸਾਡੇ ਨਾਲ ਹੁੰਦੇ ਹੁਣੇ ਦੇਖੇ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਟਰ ਨੇ ਉਹਨਾਂ ਦੁਆਰਾ ਕੋਰਟ ਚ ਕੇਸ ਨੂੰ ਲੈ ਕੇ ਜਾਂਦੇ ਆ ਕਿ ਨਹੀਂ ਪਰ ਇਸ ਵੇਲੇ ਪਿਊਰੀ ਕਮਿਊਨਿਟੀ ਨਿਰਾਸ਼ਾ ਦੇ ਵਿੱਚ ਆ ਵੀ ਇਹਦਾ ਡੈਸੀਜਨ ਉਹ ਨਿਆ ਨਹੀਂ ਹੋਇਆ ਹੈ ਇੱਕ ਦੋ ਚੀਜ਼ਾਂ ਜਿਹੜੀਆਂ ਮੇਰੇ ਜ਼ਿਹਨ ਦੇ ਵਿੱਚ ਇਸ ਵੇਲੇ ਨਵਜੋਤ ਪਾਜੀ ਆ ਰਹੀਆਂ ਕੀ ਜਦੋਂ ਉਹ ਘਟਨਾ ਘਟੀ ਸੀ ਜਦੋਂ ਰੈਸਟੋਰੈਂਟ ਦੇ ਬਾਹਰ ਅਧਕਾਰ ਖੇਤਰ ਦੇ ਵਿੱਚ ਬੈਠ ਕੇ ਖਾਣਾ ਖਾ ਰਹੇ ਲੋਕਾਂ ਦੇ ਉੱਤੇ ਇੱਕ ਵਿਅਕਤੀ ਦੀ ਗੱਡੀ ਆ ਚੜੀ ਪੰਜ ਲੋਕਾਂ ਦੀ ਮੌਤ ਹੋ ਗਈ ਬਾਕੀ ਲੋਕ ਹਸਪੀਟਲ ਦੇ ਵਿੱਚ ਦਾਖਲ ਕਰਾਉਣੇ ਪਏ ਉਹ ਬੰਦੇ ਦੀ ਕਦੇ ਗ੍ਰਿਫਤਾਰੀ ਹੋਈ ਕਿ ਗ੍ਰਿਫਤਾਰੀ ਵੀ ਨਹੀਂ ਹੋਈ ਉਸ ਦਿਵਾਰ ਤਾਂ ਜੇ ਉਹਨਾਂ ਨੂੰ ਹਸਪੀਟਲ ਲੈ ਕੇ ਸੀਗੇ ਕਿਉਂਕਿ ਉਹ ਅਨਕੌਨਸ਼ੀਅਸ ਸਟੇਟ ਦੇ ਵਿੱਚ ਸੀਗੇ ਹਨ ਤੇ ਗ੍ਰਿਫਤਾਰੀ ਨਹੀਂ ਉਹਨਾਂ ਨੂੰ ਬੇਲ ਹੋ ਗਈ ਸੀਗੀ ਮੈਨੂੰ ਲੱਗਦਾ ਉਹਨਾਂ ਦੀ ਗ੍ਰਿਫਤਾਰੀ ਹੋਈ ਜੇ ਗ੍ਰਿਫਤਾਰੀ ਹੋਈ ਵੀ ਹੋਗੀ ਤਾਂ ਉਹ ਇਸ ਹਾਲਾਤ ਦੇ ਵਿੱਚ ਮੇਰਾ ਖਿਆਲ ਆ ਡਾਇਰੈਕਟ ਮੈਡੀਕਲ ਸੁਪਰਵਾਈਜ਼ਨ ਦੇ ਵਿੱਚ ਹੋਣਗੇ ਪਰ ਹੁਣ ਤਾਂ ਕੋਰਟ ਦੇ ਵਿੱਚੋਂ ਉਹ ਰਾਮਨਾਲੀ ਬਰੀ ਹੋ ਕੇ ਚਲੇ ਗਏ ਜੀ ਇੱਕ ਇੱਕ ਹੋਰ ਸਵਾਲ ਨਾਲ ਲੱਗਦਾ ਮੈਨੂੰ ਮੈਂ ਦੋਨਾਂ ਕੇਸਾਂ ਨੂੰ ਜੋੜ ਨਹੀਂ ਰਿਹਾ ਨਾ ਅਸੀਂ ਅਦਾਲਤ ਦੇ ਫੈਸਲੇ ਦੇ ਉੱਤੇ ਕੋਈ ਕਿੰਤੂ ਕਰਦੇ ਆ ਇਹ ਸਿਰਫ ਇੱਕ ਚਰਚਾ ਚੱਲ ਰਹੀ ਆ ਤਾਂ ਚਰਚਾ ਨੂੰ ਅਸੀਂ ਇੱਥੇ ਡਿਸਕਸ ਕਰ ਰਹੇ ਆ ਮੇਰਾ ਖਿਆਲ ਹੈ ਜੇ ਮੈਂ ਭੁੱਲਦਾ ਨਹੀਂ ਤਾਂ ਮਨਮੀਤ ਅਲੀ ਸ਼ੇਰਸੀ ਜਿਹੜਾ ਆਪਣਾ ਨੌਜਵਾਨ ਪੰਜਾਬੀ ਬੱਸ ਚਲਾਉਂਦਾ ਸੀ ਸ਼ਾਇਦ ਬ੍ਰਿਸਬੇਨ ਦੇ ਵਿੱਚ ਜੇ ਮੈਂ ਗਲਤੀ ਨਹੀਂ ਕਰਦਾ ਤਾਂ ਤੇ ਉਦੇ ਉੱਤੇ ਇੱਕ ਅਟੈਕ ਹੋਇਆ ਸੀ ਹਾਲਾਂਕਿ ਨਾ ਕੇਸਾਂ ਦੇ ਵਿੱਚ ਬਹੁਤ ਫਰਕ ਹੈ ਸ਼ਾਇਦ ਉਸ ਬੰਦੇ ਨੂੰ ਵੀ ਕੋਈ ਸਜ਼ਾ ਨਹੀਂ ਸੀ ਹੋ ਸਕੀ ਉਦੋਂ ਵੀ ਇੱਕ ਵਾਰੀ ਭਾਵਨਾਵਾਂ ਇਸੇ ਤਰੀਕੇ ਜਾਗੀਆਂ ਸੀ ਲੋਕਾਂ ਦੀਆਂ ਲੋਕਾਂ ਦੇ ਵਿੱਚ ਇਦਾਂ ਦੇ ਵਿਚਾਰ ਆਏ ਸੀ ਜੇ ਕੋਈ ਇੱਥੇ ਟਿੱਪਣੀ ਕਰਨੀ ਚਾਹੋ ਬਾਰਸਾੜਾ ਮਨਮੀਤ ਅਲੀ ਸ਼ੇਰਾ ਜੀ ਮੇਰਾ ਬਹੁਤ ਕਲੋਜ਼ ਮਿੱਤਰ ਸੀ ਜੀ ਜਦੋਂ ਉਹਨਾਂ ਨੂੰ ਕਿਸੇ ਬੰਦੇ ਨੇ ਤੇਲ ਪਾ ਕੇ ਉੱਤੇ ਅੱਗ ਲਾਤੀ ਸੀ ਨਾ ਉਸ ਦੇ ਵਿੱਚ ਵੀ ਹਜੇ ਕੋਈ ਫੈਸਲਾ ਆਇਆ ਨਹੀਂ ਹੈਗਾ ਜੀ ਉਹ ਵੀ ਕੇਸ ਇਦਾਂ ਹੀ ਚੱਲ ਰਿਹਾ ਠੀਕ ਹੈ ਨਾ ਜਾਂ ਉਹ ਮੈਂਟਲ ਹੈਲਥ ਦਾ ਕਾਰਡ ਕੱਢ ਕੇ ਹੋ ਸਕਦਾ ਉਹਨੂੰ ਬਰੀ ਵੀ ਕਰ ਦਿੱਤਾ ਹੋਵੇ ਪਰ ਦੂਜੀ ਚੀਜ਼ ਇਸ ਵੇਲੇ ਵਿਕਟੋਰੀਆ ਦੇ ਪ੍ਰੀਮੀਅਰ ਜਸਿੰਤਾ ਲਨ ਇੰਡੀਆ گئے ਹੋਏ ਨੇ ਇਦਾਂ ਹੀ ਇੱਕ ਨਾ ਮੁੰਡਾ ਇੰਡੀਅਨ ਮੋਲ ਦਾ ਉਹਦੇ ਤੋਂ ਵੀ ਕਾਰ ਕਿਸੇ ਦੇ ਉੱਪਰ ਚੜ ਗਈ ਸੀ ਤੇ ਉਹ ਇਨਸਾਨ ਦੀ ਡੈਥ ਹੋ ਗਈ ਤੇ ਮੈਂ ਨਹੀਂ ਕਹਿੰਦਾ ਉਹਨੇ ਕੰਮ ਸਹੀ ਕੀਤਾ ਜੀ ਉਹ ਉੱਥੇ ਜਾ ਕੇ ਵੀ ਬੋਲ ਰਹੇ ਆ ਵੀ ਅਸੀਂ ਉਹਦਾ ਨਾਮ ਪਨੀਤ ਆ ਵੀ ਪਨੀਤ ਨੂੰ ਇੱਥੋਂ ਲੈ ਕੇ ਜਾਣਾ ਆਸਟ੍ਰੇਲੀਆ ਉਧਰੋਂ ਪ੍ਰੋਸੀਕਿਊਟ ਕਰਨਾ ਤਾਂ ਇਹ ਜਿਹੜੀਆਂ ਹੁਣ ਉਹਨਾਂ ਨੂੰ ਤਾਂ ਐਂ ਕਹਿ ਰਹੇ ਕਿ ਉੱਥੋਂ ਲੈ ਕੇ ਜਾਣਾ ਉਹ ਵੀ ਤਾਂ ਪਬਲਿਕ ਪ੍ਰੋਸੀਕਿਊਟਰ ਨਹੀਂ ਪ੍ਰੋਸੀਕਿਊਟ ਕਰਨਾ ਇੱਕ ਮਨਮੀਤ ਅਲੀ ਸ਼ੇਰ ਦਾ ਮਸਲਾ ਲੈ ਲਓ ਆ ਪ੍ਰਤਿਭਾ ਸ਼ਰਮਾ ਪੰਜ ਜਣਿਆਂ ਦੀ ਜਾਨਾਂ ਗਈਆਂ ਨੇ ਇਹਨਾਂ ਦਾ ਮਸਲਾ ਲੈ ਲਓ ਤਾਂ ਕਲੀਅਰਲੀ WhatsApp ਦਿਖਦਾ ਵੀ ਜਿਹੜਾ ਤਰੀਕਾ ਕੋਰਟ ਦਾ ਜਾਂ ਪ੍ਰੋਸੀਕਿਊਟਰਸ ਦਾ ਕਿਸੇ ਕੇਸ ਨੂੰ ਚੰਗੀ ਤਰ੍ਹਾਂ ਲੜਨ ਦਾ ਤਰੀਕਾ ਇਹਨਾਂ ਕੇਸਿਸ ਦੇ ਵਿੱਚ ਅਲੱਗ-ਅਲੱਗ ਆ ਪਨੀਤ ਵਾਲੇ ਕੇਸ ਦੇ ਵਿੱਚ ਤੇ ਦੂਜਾ ਮਨਵੀਤ ਅਲੀ ਸ਼ੇਰ ਤੇ ਪ੍ਰਤਿਭਾ ਸ਼ਰਮਾਲੇ ਕੇਸ ਦੇ ਵਿੱਚ ਨਿਰਾਸ਼ਾ ਬਹੁਤ ਹੈ ਜੀ ਕਮਿਊਨਿਟੀ ਦੇ ਵਿੱਚ ਕਿਉਂਕਿ ਉਹ ਜਿਹੜੀਆਂ ਜਾਨਾਂ ਗਈਆਂ ਸੀ ਨਾ ਉਹ ਭੈਣ ਸਾਡੀ ਕਮਿਊਨਿਟੀ ਦਾ ਵੀ ਬਹੁਤ ਜ਼ਿਆਦਾ ਕੰਮ ਕਰਦੀ ਸੀ ਇੱਥੇ ਤੇ ਹੁਣ ਉਹਦੇ ਪੇਰੈਂਟਸ ਨੂੰ ਤਾਂ ਦੇਖ ਹੀ ਨਹੀਂ ਹੁੰਦਾ ਜੀ ਕਿਉਂਕਿ ਉਹਨਾਂ ਦਾ ਤਾਂ ਸਾਰਾ ਕੁਝ ਹੀ ਖੁੱਸ ਗਿਆ ਆਖਰੀ ਸਵਾਲ ਇਸ ਮੁੱਦੇ ਤੇ ਜੇ ਜਾਣਕਾਰੀ ਜਿੰਨੀ ਤੁਸੀਂ ਦੇ ਸਕਦੇ ਹੋ ਕੀ ਜਦੋਂ ਹੇਠਲੀ ਅਦਾਲਤ ਫੈਸਲਾ ਕਰ ਦਿੰਦੀ ਹੈ ਜਦੋਂ ਉੱਪਰਲੀ ਅਦਾਲਤ ਜਾਣਾ ਜਿਹੜਾ ਤੁਸੀਂ ਜ਼ਿਕਰ ਕੀਤਾ ਬਹੁਤ ਜ਼ਿਆਦਾ ਮਹਿੰਗਾ ਬਹੁਤ ਜ਼ਿਆਦਾ ਕਾਸਟਲੀ ਤਾਂ ਨਹੀਂ ਕਿ ਆਮ ਬੰਦਾ ਉੱਥੇ ਤੱਕ ਕੱਪੜ ਨਹੀਂ ਸਕਦਾ ਕਿ ਆਪੜ ਸਕਦਾ ਜੀ ਦੇਖੋ ਬਾਟ ਸਾਬ ਇਹਨੂੰ ਪ੍ਰਾਈਵੇਟਲੀ ਵੀ ਤੁਸੀਂ ਲੜ ਸਕਦੇ ਹੋ ਕੇਸ ਪਰ ਇਹ ਤਾਂ ਕੇਸ ਪੁਲਿਸ ਕਮਿਸ਼ਨਰ ਵੱਲੋਂ ਉਹਨਾਂ ਦੇ ਜਿਹੜੇ ਵਕੀਲ ਨੇ ਸਰਕਾਰੀ ਉਹਨਾਂ ਵੱਲੋਂ ਲੜਿਆ ਜਾ ਰਿਹਾ ਸੀ ਹੁਣ ਇਹਨੂੰ ਕਾਉਂਟੀ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਇਹ ਗੱਲ ਸੱਚ ਹੈ ਜੇ ਪ੍ਰਾਈਵੇਟਲੀ ਲੜਨਾ ਮਹਿੰਗਾ ਤਾਂ ਹੈਗਾ ਪਰ ਜਿਹੜੀ ਸਾਡੀ ਕਮਿਊਨਿਟੀ ਆ ਉਹ ਫੰਡ ਰੇਜ਼ ਵੀ ਕਰ ਸਕਦੀ ਆ ਬੜੇ ਦਲੇਰ ਲੋਕ ਨੇ ਜਦੋਂ ਦਾਨ ਦੀ ਗੱਲ ਆਉਂਦੀ ਹੈ ਜੇ ਇਸ ਤਰੀਕੇ ਨਾਲ ਜਿਹੜੇ ਲੋਕ ਮੇਰੀ ਤਾਂ ਇੱਕ ਦੋ ਵਕੀਲਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਅਜੇ ਵੀ ਇੱਕ ਇਸ ਕੇਸ ਨੂੰ ਕਾਉਂਟੀ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਜੀ ਇਹਦੇ ਵਿੱਚ ਤਾਂ ਮੈਨੂੰ ਨਵਜੋਤ ਭਾਜੀ ਵਿੱਚ ਕਿਉਂਕਿ ਤੁਸੀਂ ਹੁਣ ਗੱਲ ਹੋਣੀ ਦੱਸੀ ਆ ਤੇ ਬੜਾ ਗੰਭੀਰ ਜਿਹਾ ਅਵਿਸ਼ਾ ਲੱਗਦਾ ਫਿਰ ਜਿਹੜੇ ਬੰਦੇ ਇਸ ਸਟੇਜ ਦੇ ਉੱਤੇ ਆ ਜੇ ਉਹ ਅਨਕੌਂਸ਼ੀਅਸ ਹੋ ਸਕਦੇ ਆ ਜਾਂ ਉਹ ਕੰਟਰੋਲ ਤੋਂ ਬਾਹਰ ਹੋ ਸਕਦਾ ਫਿਰ ਤਾਂ ਡਰਾਈਵਿੰਗ ਲਾਇਸੈਂਸ ਉਹਨਾਂ ਨੂੰ ਦੇਣਾ ਵੀ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜੋਖਮ ਭਰਪੂਰ ਹੋਊਗੀ ਗੱਲ ਨਾ ਫਿਰ ਤਾਂ ਇਦਾਂ ਦੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਹ ਵੀ ਇਨਵੈਸਟੀਗੇਸ਼ਨ ਦਾ ਮੁੱਦਾ ਜੀ 66 ਸਾਲ ਦੀ ਜ ਬਲੱਡ ਬਲੱਡ ਸ਼ੂਗਰ ਲੈਵਲ ਤੇ ਉਹਨਾਂ ਦਾ ਕੋਈ ਕੰਟਰੋਲ ਹੈ ਨਹੀਂਗਾ ਇੰਨੀ ਮਹਿੰਗੀ ਉਹ ਕਾਰ ਚਲਾਉਂਦੇ ਆ ਇੰਨੇ ਮਹਿੰਗੇ ਏਰੀਏ ਦੇ ਵਿੱਚ ਰਹਿੰਦੇ ਆ ਮੈਂ ਤਾਂ ਸਿੱਧਾ-ਸਿੱਧਾ ਇਹ ਵੀ ਕਹਿ ਸਕਦਾ ਜੀ ਪੈਸੇ ਦੇ ਜ਼ੋਰ ਤੇ ਹੋ ਬਰੀ ਹੋ ਉਹਨਾਂ ਨੇ ਵਕੀਲ ਇਹਦੇ ਮਹਿੰਗੇ ਹਾਇਰ ਕੀਤੇ ਹੋਣਗੇ ਜਾਂ ਉਹਨਾਂ ਨੂੰ ਕੋਈ ਪਬਲਿਕ ਪ੍ਰੋਸੀਕਿਊਸ਼ਨ ਦੇ ਵਿੱਚ ਪ੍ਰੋਸੀਕਿਊਟਰ ਦੇ ਵਿੱਚ ਹੋਰ ਕੋਈ ਬੰਦਾ ਜਾਣਦਾ ਵੀ ਹੋਵੇ ਇਹ ਹਾਸੋ ਹੋਣੀ ਗੱਲ ਹੀ ਲੱਗ ਰਹੀ ਹੈ ਵੀ ਤੁਸੀਂ 5:36 ਮਿੰਟ ਤੋਂ ਬਾਅਦ ਦਾ ਐਵਿਡੈਂਸ ਦੇ ਰਹੇ ਹੋ ਉਦੋਂ ਐਗਜ਼ੈਕਟ ਅੱਧੇ ਘੰਟੇ ਬਾਅਦ 30 ਮਿੰਟਾਂ ਬਾਅਦ ਉਹ ਐਕਸੀਡੈਂਟ ਕਰ ਦਿੰਦੇ ਪੂਰੇ ਦਿਨ ਦਾ ਐਵੀਡੈਂਸ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ ਨਾ ਜਾਂ ਤੁਸੀਂ ਇਹ ਕਹਿ ਲਓ ਵੀ ਉਹਦੇ ਲਾਇਸੈਂਸ ਤੇ ਕੁਐਸਚਨ ਨਹੀਂ ਕਿਉਂ ਨਹੀਂ ਕੀਤੇ ਗਏ ਠੀਕ ਹੈ ਇਸ ਕਰਕੇ ਨਾਲ ਹੁਣ ਹੋਰ ਹਾਸਲਣੀ ਗੱਲ ਦੇਖ ਲੋ ਜਿਹੜੀ ਸ਼ੌਕਿੰਗ ਚੀਜ਼ ਆ ਉਹ ਬੰਦੇ ਦਾ ਵਕੀਲ ਕਹਿ ਰਿਹਾ ਵੀ ਜਿਹੜਾ ਪੁਲਿਸ ਕਮਿਸ਼ਨਰ ਆ ਜਿੰਨਾ ਇਸ ਬੰਦੇ ਦਾ ਕੋਰਟ ਤੇ ਖਰਚ ਆਇਆ ਸੀ ਉਹ ਵੀ ਪੁਲਿਸ ਕਮਿਸ਼ਨਰ ਤੋਂ ਕਲੇਮ ਕਰਾਂਗੇ ਮਤਲਬ ਇਹ ਜਗਮਾ ਤੇ ਜਗਮਾ ਤੇ ਲੋਨ ਭੁੱਕਣ ਵਾਲਾ ਕੰਮ ਹੀ ਆ ਨਾ ਇੱਕ ਫੈਮਿਲੀ ਦੇ ਤੇ ਹਾਂ ਚਾ ਚਲੋ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਜੋ ਉੱਪਰਲੀ ਅਦਾਲਤ ਦੇ ਵਿੱਚ ਕੇਸ ਜਾਂਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਹੋਵੇ ਕਾਨੂੰਨ ਦੇ ਵਿੱਚ ਰਹਿ ਕੇ ਮਰਿਆਦਾ ਦੇ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਅੱਗੇ ਨੂੰ ਚੱਲਣ ਲੋਕਾਂ ਦਾ ਕਾਨੂੰਨ ਤੇ ਯਕੀਨ ਤੇ ਵਿਸ਼ਵਾਸ ਜਿਹੜਾ ਉਹ ਬਣਿਆ ਰਹੇ ਨਵਜੋਤ ਭਾਜੀ ਅੱਗੇ ਤੁਰਨਾ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵਰਕ ਐਂਡ ਹੌਲੀਡੇ ਵੀਜ਼ਾ ਦੇ ਉੱਤੇ ਬੜੀ ਚਰਚਾ ਕੀਤੀ ਸੀ ਇੱਕ ਇੱਕ ਸਟੈਪ ਖੋਲ ਕੇ ਦੱਸਿਆ ਸੀ ਕਿ ਕਿੰਨੇ ਕੁ ਲੋਕਾਂ ਨੂੰ ਵੀਜ਼ਾ ਮਿਲਣਾ ਹੈ ਕਦੋਂ ਐਪਲੀਕੇਸ਼ਨ ਸ਼ੁਰੂ ਹੋਣੀ ਹੈ ਐਪਲੀਕੇਸ਼ਨ ਇਸ ਮੁੱਦੇ ਦੇ ਉੱਤੇ ਕਿਵੇਂ ਲੋਕ ਆਪੇ ਭਰ ਸਕਦੇ ਆ ਲੱਖਾਂ ਰੁਪਏ ਦੇਣ ਦੀ ਲੋੜ ਕੋਈ ਨਹੀਂ ਫੀ ਹੁਣ ਲਾਟਰੀ ਤੁਸੀਂ ਕਿਹਾ ਸੀ ਕਿ ਸਾਰਿਆਂ ਨੇ ਤੁਸੀਂ ਪੂਲ ਦੇ ਵਿੱਚ ਆ ਜਾਣਾ ਜਿਨ੍ਹਾਂ ਨੇ ਫਾਈਲ ਲਾਉਣੀ ਹੈ ਉਹਦੇ ਤੋਂ ਬਾਅਦ ਲਾਟਰੀ ਨਿਕਲਣੀ ਹੈ ਕੀ ਲਾਟਰੀ ਨਿਕਲਣ ਤੋਂ ਬਾਅਦ ਜੇ ਮੰਨ ਲਓ ਕਿਸੇ ਦੀ ਲਾਟਰੀ ਨਿਕਲ ਹੀ ਆਉਂਦੀ ਕਿਉਂਕਿ ਹਜ਼ਾਰ ਬੰਦੇ ਦੇ ਨਿਕਲਣੇ ਆ ਉਹਦੇ ਤੋਂ ਬਾਅਦ ਵੀ ਖਰਚ ਪਾਣੀ ਕੋਈ ਸਰਕਾਰੀ ਫੀਸ ਜੇ ਉਹ ਕੁਛ ਹੈਗਾ ਹਾਂਜੀ WhatsApp ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਈ ਪਰਿਵਾਰ ਦੇ ਮੈਂਬਰਾਂ ਦੇ ਮੈਸੇਜ ਵੀ ਆਏ ਸੀਗੇ ਜਿਹੜਾ ਤਾਂ ਬੈਲੇਟ ਪੇਪਰ ਆ ਉਹ ਤੇ ਰਜਿਸਟ੍ਰੇਸ਼ਨ ਲਈ ਫੀਸ 25 ਡਾਲਰ ਆ ਜਿਹੜਾ ਕਿ ਲੱਖਾਂ ਲੋਕਾਂ ਨੇ ਹਜੇ ਸ਼ੁਰੂ ਨਹੀਂ ਹੋਇਆ ਸ਼ੁਰੂ ਹੋ ਜੂਗਾ ਇੰਡੀਅਨ ਐਪਲੀਕੈਂਟਸ ਦੇ ਲਈ ਉਸ ਤੋਂ ਬਾਅਦ ਜੇ ਤੁਹਾਡੀ ਲਾਟਰੀ ਲੱਗ ਜਾਂਦੀ ਹੈ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਵੀ ਤੁਸੀਂ ਵੀਜ਼ਾ ਅਪਲਾਈ ਕਰ ਦੋ ਜਿਹੜੀ ਵੀਜ਼ਾ ਐਪਲੀਕੇਸ਼ਨ ਫੀਸ ਆ ਉਹ 650 ਡਾਲਰ ਆ WhatsApp ਹੂੰ ਠੀਕ ਹੈ ਜੀ ਤੇ ਫਿਰ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਉਹ ਚਾਗੇ ਸ਼ਰਤਾਂ ਪੂਰੀਆਂ ਕਰਦੇ ਹੋ ਫਿਰ ਤਾਂ ਵੀਜ਼ਾ ਗਾਰੰਟੀ ਹੋਣਾ ਜੀ ਨਵਜੋਤ ਬਾਜੀ ਹੁਣ ਤੋਂ 24 ਘੰਟੇ ਪਹਿਲਾਂ ਜਾਂ 2-4 ਘੰਟੇ ਉੱਪਰ ਥੱਲੇ ਲਾ ਲਓ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ ਸਾਹਿਬ ਉਹਨਾਂ ਨੇ ਇੱਕ ਐਲਾਨ ਕੀਤਾ ਕਹਿੰਦੇ ਜਿੰਨੇ ਅਸੀਂ ਵਿਦਿਆਰਥੀ ਵੀਜ਼ੇ ਵਿਦੇਸ਼ਾਂ ਤੋਂ ਜਿਹੜੇ ਕੈਨੇਡਾ ਪੜ੍ਹਨ ਆਉਂਦੇ ਆ ਉਨਾਂ ਨੂੰ 2023 ਚ ਵੀਜ਼ੇ ਦਿੱਤੇ ਸੀ ਅਸੀਂ 2024 ਚ 35% ਵਿਦਿਆਰਥੀ ਵੀਜ਼ੇ ਘਟਾਤੇ ਤੇ 2025 ਦੇ ਵਿੱਚ 10% ਹੋਰ ਘਟਾ ਦੇਣੇ ਆ 45% ਹੋ ਗਈ ਘਟਾ ਯਾਨੀ ਅਸੀਂ ਅੰਤਰਰਾਸ਼ਟਰੀ ਵਿਦਿਆਰਥੀ ਘਟਾ ਸਦਣੇ ਆ ਜਿਹੜੇ ਅਸਥਾਈ ਟੈਂਪਰੇਰੀ ਵਰਕਰ ਨੇ ਕਹਿੰਦੇ ਜੀ ਉਹ ਵੀ ਘਟਾ ਸਦਣੇ ਆ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ ਮੈਨੂੰ ਕਦੇ-ਕਦੇ ਐਂ ਲੱਗਦਾ ਹੁੰਦਾ ਕਿ ਜੇ ਇਦਾਂ ਸੂਈ ਦੇ ਨਕਸ਼ੇ ਦੇ ਵਿੱਚੋਂ ਆਸਟ੍ਰੇਲੀਆ ਕੱਢਦਾ ਹੁਣ ਜਿਨ੍ਹਾਂ ਨੇ ਕੈਨੇਡਾ ਚ ਪੱਕੇ ਹੋਣਾ ਉਹਨਾਂ ਨੇ ਵੀ ਸੂਈ ਦੇ ਨਕਸ਼ੇ ਦੇ ਵਿੱਚੋਂ ਕੱਢਣੇ ਆ ਪਹਿਲਾਂ ਇਥੇ ਹਾਲਸ ਦੁਆਰਾ ਕਰਨ ਦੀ ਲੋੜ ਨਹੀਂ ਸੀ ਵਿਦਿਆਰਥੀਆਂ ਨੂੰ ਉਹ ਵੀ ਸ਼ਰਤ ਲਾਗੂ ਕਰ ਦਿੱਤੀ ਕਿ ਦੁਆਰਾ ਤੁਹਾਨੂੰ ਇੱਥੇ ਆ ਕੇ ਕਰੇ ਅੰਗਰੇਜ਼ੀ ਦਾ ਪੇਪਰ ਵਰਕ ਪਰਮਿਟ ਲੈਣ ਤੋਂ ਪਹਿਲਾਂ ਦੇਣਾ ਪਊਗਾ ਸਪਾਊਸ ਵੀਜ਼ਾ ਦੇ ਉੱਤੇ ਵੀ ਓਪਨ ਵਰਕ ਪਰਮਿਟ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਉਹਨਾਂ ਨੇ ਲਾਤੀਆਂ ਹੁਣ ਜਦੋਂ ਸਟੂਡੈਂਟ ਵੀਜ਼ਾ ਗ੍ਰਾਂਟ ਰੇਟ ਕਾਫੀ ਘਟਿਆ ਹੋਇਆ ਕੈਨੇਡਾ ਦੇ ਵਿੱਚ ਮੈਂ ਜਾਣਨਾ ਇਹ ਚਾਹੁੰਨਾ ਕਿ ਜੇ ਪਿਛਲੇ ਕੁਝ ਮਹੀਨਿਆਂ ਦੀ ਕੁਝ ਹਫ਼ਤਿਆਂ ਦੀ ਜਾਂ ਕੋਈ ਰਿਪੋਰਟ ਇਦਾਂ ਦੀ ਹੋਵੇ ਜਿਹਦੇ ਤੋਂ ਸਾਨੂੰ ਪਤਾ ਲੱਗ ਸਕੇ ਕਿ ਪਾਈ ਕੈਨੇਡਾ ਹੀ ਇਧਰਲੇ ਪਾਸੇ ਕਟ ਲਾ ਰਿਆ ਜਾਂ ਆਸਟ੍ਰੇਲੀਆ ਦੇ ਵਿੱਚ ਵੀ ਰਿਫਿਊਜ਼ਲ ਵਗੈਰਾ ਦੀ ਐਵਰੇਜ ਵੱਧ ਹੈ ਜਾਂ ਘਟ ਹੈ WhatsApp ਜਿਹੜੀਆਂ ਤੁਸੀਂ ਇਹ ਗੱਲਾਂ ਦਸੀਆਂ ਨੇ ਨਾ ਸਾਰੀਆਂ ਇਹ ਐਂ ਲੱਗਦਾ ਵੀ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਹੈ ਮਾਰਕ ਮਿਲਰ ਸਾਹਿਬ ਉਹ ਇਦਾਂ ਲੱਗਦਾ ਵੀ ਜਿੱਦਾਂ ਇੱਥੋਂ ਦੇ ਇਮੀਗ੍ਰੇਸ਼ਨ ਮਨਿਸਟਰ ਦੇ ਨਾਲ ਮੀਟਿੰਗ ਕਰਕੇ ਗਏ ਕਿਉਂਕਿ ਸਾਰਾ ਕੁਝ ਇੱਥੇ ਆਸਟ੍ਰੇਲੀਆ 'ਚ ਵੀ ਹੋ ਰਿਹਾ ਪਿਛਲੇ ਵਿੱਤੀ ਬਰੇ ਦੌਰਾਨ ਮਤਲਬ ਕਿ 1 ਜੁਲਾਈ 2023 ਤੋਂ ਲੈ ਕੇ 30 ਜੂਨ 2024 ਦੀ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚੋਂ ਜਿੰਨੇ ਲੋਕਾਂ ਨੇ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਉਹ ਚ 35% ਰਿਫਿਊਜ਼ ਹੋਏ ਨੇ ਬਹੁਤ ਵੱਡੀ ਰਿਫਿਊਜ਼ਲ ਰੇਟ ਹੈ ਜੀ ਇਹ ਆਪਾਂ ਨੂੰ ਇੰਡੀਆ ਤੋਂ ਤਾਂ ਵੈਸੇ ਹੀ 35% ਤੋਂ ਵੱਧ ਰਿਫਿਊਜ਼ ਹੁੰਦੇ ਆ ਤੇ ਪਿਛਲੀ ਰੇਟ ਕੱਢ ਲਈਏ ਪਰ ਜੇ ਆਪਾਂ ਯੂਰਪ ਤੋਂ ਲਈਏ ਚਾਈਨਾ ਤੋਂ ਲਈਏ ਜਾਂ ਹੋਰ ਕੰਟਰੀ ਜਿਹੜੇ ਲੈਵਲ 1 ਨੇ ਸਿਕਿਉਰਿਟੀ ਰਿਸਕ ਰੇਟਿੰਗ ਹੈ ਜਿਹੜੀ ਉਹਨਾਂ ਦੀ ਉਹਦੇ ਹਿਸਾਬ ਨਾਲ ਇਹ ਰਿਫਿਊਜ਼ਲ ਰੇਟ ਜ਼ਿਆਦਾ ਪਰ ਹੁਣ ਹਾਸੋ ਹੀ ਨਹੀਂ ਗੱਲ ਇਹ ਹੈ ਜੀ ਫੈਡਰਲ ਗਵਰਨਮੈਂਟ ਇਥੇ ਲੇਬਰ ਪਾਰਟੀ ਦੀ ਹੈ ਵਿਕਟੋਰੀਆ ਦੇ ਵਿੱਚ ਸਟੇਟ ਗਵਰਨਮੈਂਟ ਵੀ ਲੇਬਰ ਪਾਰਟੀ ਦੀ ਹੈ ਤੇ ਵਿਕਟੋਰੀਅਨ ਪ੍ਰੀਮੀਅਰ ਐਸਵੇਲੇ ਇੰਡੀਆ ਦੇ ਦੌਰੇ ਤੇ ਨੇ ਜਦੋਂ ਮੈਂ ਪਹਿਲਾਂ ਦੱਸ ਕੇਟਿਆਂ ਫੈਡਰਲ ਗਵਰਨਮੈਂਟ ਕਹਿ ਰਹੀ ਆ ਵੀ ਅਸੀਂ ਸਟੂਡੈਂਟ ਸੀ ਕੈਪਿੰਗ ਕਰਨੀ ਹੈ ਤੇ ਜਿਹੜੇ ਇੱਥੋਂ ਦੇ ਮਨਿਸਟਰ ਨੇ ਉਹਨਾਂ ਨੇ ਤਾਂ ਸਿੱਧੀ ਪਬਲਿਕ ਫੰਡਡ ਯੂਨੀਵਰਸਿਟੀਆਂ ਨੂੰ ਧਮਕੀ ਟਾਈਪ ਹੀ ਦਿੱਤੀ ਵੀ ਤੁਹਾਨੂੰ ਕੈਪਿੰਗ ਦੀ ਸਪੋਰਟ ਕਰਨੀ ਚਾਹੀਦੀ ਆ ਪਰ ਉਸੇ ਪਾਰਟੀ ਦੇ ਜਿਹੜੇ ਸਟੇਟ ਦੇ ਹੈੱਡ ਨੇ ਪ੍ਰੀਮੀਅਰ ਜਿਸਿੰਟਾ ਉਹਨਾਂ ਨੇ ਇਹ ਕਿਹਾ ਅਸੀਂ ਕੈਪਿੰਗ ਦਾ ਵਿਰੋਧ ਕਰਦੇ ਆਂ ਮਤਲਬ ਕਿ ਫੈਡਰਲ ਗਵਰਨਮੈਂਟ ਦਾ ਤੇ ਵਿਕਟੋਰੀਆ ਦੀ ਸਟੇਟ ਗਵਰਨਮੈਂਟ ਦਾ ਇੱਕੋ ਪਾਰਟੀ ਤੇ ਹੋਣ ਦੇ ਬਾਵਜੂਦ ਵੀ ਜਿਹੜਾ ਮਾਤਾ ਜਿਹੜਾ ਵਿਚਾਰ ਆ ਜਿਹੜਾ ਡਿਸੀਜਨ ਆ ਉਹ ਕੈਪਿੰਗ ਦੇ ਉੱਪਰ ਇੱਕ ਨਹੀਂ ਹੈਗਾ ਜੇ ਕੈਪਿੰਗ ਹੋ ਜਾਂਦੀ ਆ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਤਾਂ ਇੰਸਟੀਚੂਟਸ ਨੂੰ ਨਿਰਧਾਰਤ ਨੰਬਰ ਮਿਲਣਾ ਉਹਦੇ ਨਾਲ ਵਾਟਸਐਪ ਇੱਕ ਤਾਂ ਐਡਮਿਸ਼ਨਸ ਜਿਹੜੀਆਂ ਪਹਿਲਾਂ ਹੀ ਔਖੀਆਂ ਨੇ ਹੋਰ ਔਖੀਆਂ ਹੋ ਜਾਣਗੀਆਂ ਦੂਜਾ ਜਦੋਂ ਨੰਬਰ ਨਿਰਧਾਰਤ ਹੋਊਗਾ ਫਿਰ ਇੰਸਟੀਚੂਟਸ ਨੇ ਉਹਨੇ ਘੱਟ ਗਿਣਤੀ ਸਟੂਡੈਂਟਸ ਤੋਂ ਆਪਣਾ ਮੁਨਾਫਾ ਉਹਨੇ ਹੀ ਕਢਣਾ ਜਿਹੜੀ ਫੀਸ ਆ ਉਹ ਆਉਣ ਵਾਲੇ ਸਾਲ ਚ ਜੇ ਇਹ ਬਿੱਲ ਪਾਸ ਹੋ ਜਾਂਦਾ ਕੈਪਿੰਗ ਦਾ ਤਾਂ ਵਧੂਗੀ ਤੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਤੋਂ ਬਾਹਰੋਂ ਵੀਜ਼ਾ ਪਾਉਣਾ ਹੋਰ ਵੀ ਡਿਫਿਕਲਟ ਹੋ ਜਾਣਾ ਹੈ ਇੱਕ ਨਵਜੋਤਪਾ ਜੀ ਮੈਂ ਥੋੜਾ ਜਿਹਾ ਜੇ ਧਿਆਨ ਇਧਰਲੇ ਪਾਸੇ ਆਪਾਂ ਕਰੀਏ ਕੈਨੇਡਾ ਦੇ ਵਿੱਚ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਜਾਂ ਇਹਦੇ ਤੋਂ ਮਹੀਨਾ ਖੰਡ ਪਹਿਲਾਂ ਵੋਟਾਂ ਪੈਣਗੀਆਂ ਕੇਂਦਰ ਦੀ ਸਰਕਾਰ ਦੇ ਲਈ ਕੈਨੇਡਾ ਦੀ ਸਰਕਾਰ ਦੇ ਲਈ ਜੇ ਕਿਤੇ ਸਰਕਾਰ ਪਹਿਲਾਂ ਟੁੱਟ ਗਈ ਤਾਂ ਫਿਰ ਹੋ ਸਕਦਾ ਦੋ ਚਾਰ ਮਹੀਨੇ ਹੋਰ ਪਹਿਲਾਂ ਵੋਟਾਂ ਪੈ ਜਾਣ ਇੱਥੇ ਇੱਕ ਬਹੁਤ ਵੱਡਾ ਮੁੱਦਾ ਜਾਂ ਮੈਂ ਦੂਸਰੇ ਸ਼ਬਦਾਂ 'ਚ કહਾਂ ਕਿ ਸਭ ਤੋਂ ਵੱਡਾ ਮੁੱਦਾ ਹੀ ਇਮੀਗ੍ਰੇਸ਼ਨ ਬਣ ਗਿਆ ਕਿ ਇੱਥੋਂ ਦੇ ਲੋਕਾਂ ਨੂੰ ਨੌਕਰੀ ਘੱਟ ਲੱਭਦੀ ਆ ਬੇਰੋਜ਼ਗਾਰੀ ਫੈਲੀ ਆ ਕਿ ਭਾਈ ਬਾਹਰੋਂ ਬੰਦੇ ਮਗਾਉਣੇ ਬੰਦ ਕਰੋ ਇਦਾਂ ਦਾ ਵੀ ਇੱਕ ਚਰਚਾ ਚੱਲਦੀ ਆ ਕਿ ਬਾਹਰੋਂ ਆਏ ਹੋਏ ਜਿਹੜੇ ਲੋਕ ਨੇ ਪਿਛਲੇ ਦੋ ਚੌਥੇ ਸਾਲਾਂ ਦੇ ਵੀ ਉਹਨਾਂ ਦੇ ਇੱਥੇ ਆਉਣ ਕਰਕੇ ਸਮੱਸਿਆ ਜਿਹੜੀ ਉਹ ਪੈਦਾ ਹੋਈ ਹੈ ਕੰਮ ਕਰ ਘਟੇ ਨੇ ਘਰਾਂ ਦੀਆਂ ਕੀਮਤਾਂ ਵਧੀਆਂ ਨੇ ਤੇ ਤਕਰੀਬਨ ਹਰ ਇੱਕ ਸਿਆਸੀ ਪਾਰਟੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਵੋਟਰ ਜਿਹੜੇ ਨੇ ਉਹਨਾਂ ਦਾ ਧਿਆਨ ਇਧਰ ਹੈ ਤੇ ਉਹਨਾਂ ਨੇ ਇਸ ਮੁੱਦੇ ਨੂੰ ਅੱਗੇ ਵਧਾਉਣਾ ਸ਼ੁਰੂ ਕਰਤਾ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਜਿਹੜੀਆਂ ਨੇ ਕੈਨੇਡਾ ਦੀਆਂ ਉਹਦੇ ਵਿੱਚ ਇਹ ਮੁੱਖ ਮੁੱਦਾ ਰਹੂਗਾ ਤੇ ਬਹੁਤੀਆਂ ਸਿਆਸੀ ਪਾਰਟੀਆਂ ਇਸ ਗੱਲ ਤੇ ਸਹਿਮਤ ਨੇ ਕਿ ਭਾਈ ਬਾਹਰੋਂ ਆਉਣ ਵਾਲੇ ਬੰਦਿਆਂ ਦੀ ਗਿਣਤੀ ਘਟਾਈਏ ਆਸਟ੍ਰੇਲੀਆ ਦੇ ਵਿੱਚ ਕਿਵੇਂ ਨੇ ਵੋਟਾਂ ਦੇ ਲਿਹਾਜ਼ ਦੇ ਨਾਲ ਬਾਤ ਸਾਵ ਜੇ ਅਗਲੇ ਸਾਲ ਇੱਥੇ ਵੀ ਵੋਟਾਂ ਪੈਣੀਆਂ ਨੇ ਜੀ ਤੇ ਇਹ ਮੁੱਦਾ ਜੇ ਮੁੱਖ ਮੁੱਦਾ ਬਣਨਾ ਹਾਊਸਿੰਗ ਦਾ ਬਣਨਾ ਤੇ ਹਾਊਸਿੰਗ ਨਾਲ ਜੇ ਕਹਿੰਦੇ ਰਿਲੇਟ ਕਰਕੇ ਕੋਈ ਚੀਜ਼ ਦੇਖਣੀ ਹੈ ਉਹ ਇਮੀਗ੍ਰੇਸ਼ਨ ਦੇਖਣੀ ਹੈ ਕਿਉਂਕਿ ਜਿਹੜੀ ਆਪੋਜੀਸ਼ਨ ਆ ਜੀ ਉਹ ਸਦਾ ਸਦਾ ਬਲੇਮ ਕਰੀ ਜਾਂਦੀ ਹੈ ਜਿਹੜਾ ਹਾਊਸਿੰਗ ਕਰਾਈਸਿਸ ਆ ਉਹ ਇਮੀਗ੍ਰੇਸ਼ਨ ਦੇ ਕਰਕੇ ਹੁੰਦਾ ਇਹਦੀ ਗਿਣਤੀ ਘਟਾਈ ਜਾਵੇ ਇਸੇ ਕਰਕੇ ਹੀ ਜਿਹੜੀ ਕਰੰਟ ਗਵਰਨਮੈਂਟ ਆ ਉਹਨੂੰ ਦਿਖਿਆ ਹੋਣਾ ਉਹਨਾਂ ਨੇ ਕੋਈ ਸਰਵੇ ਕਰਾਇਆ ਹੋਣਾ ਵੀ ਜਿਹੜੇ ਲੋਕਲ ਵੋਟਰ ਨੇ ਸਾਡੇ ਉਹ ਅਗੇਂਸਟ ਜਾਈ ਜਾਂਦੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਇਕਨੋਮੀ ਦਾ ਕੀ ਹਾਲ ਹੋਊਗਾ ਉਹਨਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਯੂਨੀਵਰਸਿਟੀ ਦਾ ਕੀ ਹਾਲ ਹੋਊਗਾ ਉਹਨਾਂ ਨੇ ਤਾਂ ਸੱਦਾ ਕਹਿਤਾ ਵੀ ਅਸੀਂ ਸਟੂਡੈਂਟਸ ਤੇ ਕੈਪ ਲਾਵਾਂਗੇ ਜਿਹੜੀ ਨੈਟ ਮਾਈਗ੍ਰੇਸ਼ਨ ਆ ਉਹ ਆਉਣ ਵਾਲੇ ਸਾਲਾਂ 'ਚ ਘਟਾਈ ਜਾਊਗੀ ਜੇ ਇਦਾਂ ਹੁੰਦਾ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਵਟਸਐਪ ਇਹ ਇੱਕ ਮੁੱਖ ਮੁੱਦਾ ਬਣਨਾ ਆਉਣ ਵਾਲੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਇਹ ਪਰ ਜਿਹੜਾ ਮੁੱਦਾ ਨਿਕਲਣਾ ਉਹ ਹਾਊਸਿੰਗ ਕ੍ਰਾਈਸਿਸ ਦੇ ਵਿੱਚੋਂ ਇਹ ਨਾਲ ਰਿਲੇਟ ਕਰਦੇ ਆ ਹਾਲਾਂਕਿ ਇਹ ਗੱਲ ਵੱਖਰੀ ਆ ਜਿਹੜੀ ਰੀਅਲ ਏਸਟੇਟ ਦੀ ਉੱਚ ਕੋਟੀ ਦੀ ਸਸਤਾ ਇੱਥੇ ਉੰਨਾ ਨੇ ਇਹ ਕਹਿਤਾ ਕਿ ਇਹਦਾ ਇਮੀਗ੍ਰੇਸ਼ਨ ਦੇ ਨਾਲ ਬਹੁਤ ਘੱਟ ਰਿਲੇਸ਼ਨ ਆ ਕਿਉਂਕਿ ਇਹਦਾ ਹਾਊਸਿੰਗ ਕਰਾਈਸਿਸ ਆ ਪਿਛਲੇ 2 ਦਹਾਕਿਆਂ ਤੋਂ ਵੱਡਾ ਮੁੱਦਾ ਬਣਿਆ ਹੋਇਆ ਕਿਸੇ ਵੀ ਸਰਕਾਰ ਦਾ ਕਿਸੇ ਵੀ ਪਾਰਟੀ ਦਾ ਇਸ ਵੱਲ ਧਿਆਨ ਹੈ ਨਹੀਂ ਸੀ ਨਵਜੋਤ ਬਾਜੀ ਇਹਦਾ ਮਤਲਬ ਕਿ ਦੋਨਾਂ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਇੱਕੋ ਜਿਹੀ ਸਥਿਤੀ ਹੈ ਘਰਾਂ ਦੀਆਂ ਕੀਮਤਾਂ ਦਾ ਰੌਲਾ ਹੈ ਉਹਦੇ ਨਾਲ ਜੋੜ ਕੇ ਇਮੀਗ੍ਰੇਸ਼ਨ ਦਾ ਰੌਲਾ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਗਲੇ ਸਾਲ ਚੋਣਾਂ ਦੋਨਾਂ ਦੇਸ਼ਾਂ ਨੇ ਵੀਜ਼ਿਆਂ ਦੇ ਵਿੱਚ ਕੱਟ ਲਾਉਣੇ ਸ਼ੁਰੂ ਕੀਤੇ ਆ ਚਲੋ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਸੁੱਖ ਸ਼ਾਂਤੀ ਰਹੇ ਕੋਈ ਭਾਈਚਾਰਿਆਂ ਦੇ ਵਿੱਚ ਫਿੱਕ ਨਾ ਪਵੇ ਨਵੇਂ ਪੁਰਾਣੇ ਵਾਲੀ ਗੱਲ ਨਾ ਬਣੇ ਪੱਕਿਆਂ ਤੇ ਕੱਚਿਆਂ ਵਾਲਾ ਆਪਸ ਵਿੱਚ ਕੋਈ ਡਿਸਪਿਊਟ ਨਾ ਪਵੇ ਕਿਉਂਕਿ ਸਿਆਸੀ ਲਾਣੇ ਦਾ ਕੁਝ ਨਹੀਂ ਪਤਾ ਹੁੰਦਾ ਜਾਂਦੇ ਜਾਂਦੇ ਕੋਈ ਟਿੱਪਣੀ ਕਰਦੇ ਹੋ ਵਾਟਸਐਪ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਜੀ ਉਹ ਇੱਕ ਦੂਜੇ ਦੇ ਬਿਲਕੁਲ ਪੂਰਕ ਚੱਲ ਰਿਹਾ ਕੈਨੇਡਾ ਤੇ ਆਸਟ੍ਰੇਲੀਆ ਤੇ ਪਰ ਮੇਰਾ ਨਿੱਜੀ ਦੌਰਤੇ ਮੰਨਣਾ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਹਾਊਸਿੰਗ ਕ੍ਰਾਈਸਿਸ ਦਾ ਇਮੀਗ੍ਰੇਸ਼ਨ ਦੇ ਨਾਲ ਖਾਸ ਕਰਕੇ ਸਟੂਡੈਂਟਸ ਦੇ ਨਾਲ ਬਹੁਤ ਘੱਟ ਰਿਲੇਸ਼ਨਸ਼ਿਪ ਆ ਕਿਉਂਕਿ ਸਟੂਡੈਂਟਸ ਨੂੰ ਤਾਂ ਵਿਚਾਰਿਆ ਨੂੰ ਆਪਣੇ ਨਾਮ ਤੇ ਘੜੀ ਬਹੁਤ ਔਖਾ ਮਿਲਦਾ ਬਾਕੀ ਜਿਹੜਾ ਵੀ ਕਿਸੇ ਨੇ ਫੈਸਲਾ ਲੈਣਾ ਬਹੁਤ ਸੋਚ ਸਮਝ ਕੇ ਫੈਸਲਾ ਲਿਓ ਆਪਣੇ ਪੇਰੈਂਟਸ ਦੀ ਜੇਬ ਦਾ ਜ਼ਰੂਰ ਖਿਆਲ ਰੱਖਿਓ ਜਦੋਂ ਤੁਸੀਂ ਚਾਹੇ ਆਸਟ੍ਰੇਲੀਆ ਦਾ ਵੀਜ਼ਾ ਪਾਉਣਾ ਚਾਹੇ ਕੈਨੇਡਾ ਦਾ ਵੀਜ਼ਾ ਪਾਉਣਾ ਜਾਂਦੇ ਜਾਂਦੇ ਮੈਂ ਫੇਰ ਇੱਕ ਵਾਰੀ ਗੱਲ ਦੁਹਰਾ ਦਿੰਨਾ ਤੁਹਾਡਾ ਪਲਾਨ ਵੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਵੀ ਬੈਠੇ ਹੋ ਉੱਥੇ ਪੜ੍ਹਾਈ ਵਾਲਾ ਉਹ ਲਗਾਤਾਰਤਾ ਦੇ ਵਿੱਚ ਕੰਟੀਨਿਊ ਰਹਿਣਾ ਚਾਹੀਦਾ ਜੇ ਵੀਜ਼ਾ ਨਹੀਂ ਲੱਗਦਾ ਤਾਂ ਕਿ ਤੁਸੀਂ ਕੋਈ ਨਾ ਕੋਈ ਪੜ੍ਹਾਈ ਚੰਗੀ ਭਾਰਤ ਦੇ ਵਿੱਚ ਰਹਿ ਕੇ ਵੀ ਕਰ ਸਕੋ ਬਹੁਤ ਸ਼ੁਕਰੀਆ ਜੀ ਨਵਜੋਤ ਪਾ ਜੀ ਤੁਸੀਂ ਜੁੜੇ ਧੰਨਵਾਦ ਧੰਨਵਾਦ WhatsApp ਨਵਜੋਤ ਸਿੰਘ ਕਾਲੇ ਸਾਹਿਬ ਮੈਲਬਨ ਆਸਟ੍ਰੇਲੀਆ ਦੀ ਧਰਤੀ ਤੋਂ ਜੁੜੇ ਸੀ ਜੋ ਕੁਝ ਘਟ ਵਾਪਰ ਰਿਹਾ ਹੈ ਅਰਜੀ ਤੌਰ ਦੇ ਉੱਤੇ ਹੀ ਹੈ ਸਾਲ 2 ਸਾਲ 3 ਸਾਲ 4 ਸਾਲ ਇਦਾਂ ਦਾ ਮਾਹੌਲ ਰਹਿ ਵੀ ਸਕਦਾ ਹੈ ਉਹਦੇ ਤੋਂ ਬਾਅਦ ਫੇਰ ਦੁਬਾਰਾ ਠੀਕ ਹੋ ਜਾਂਦੀਆਂ ਸਥਿਤੀਆਂ ਪਰ ਇਸ ਸਮੇਂ ਨੂੰ ਆਪਾਂ ਚੰਗੇ ਤਰੀਕੇ ਕਿਸੇ ਨਾ ਕਿਸੇ ਤਰੀਕੇ ਕੱਟ ਸਕੀਏ ਉਧਰਲੇ ਪਾਸੇ ਤੇ ਆਂਦੇਣ ਦੀ ਲੋੜ ਹੈ ਸੋ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ